ਇੱਥੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਲੋਕ 144 ਅੰਗ ਤੇ 13ਵਾਂ ਸਲੋਕ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਆਮਨ ਜੇਰ ਜਮੀਨ ਦੁਨੀਆਂ ਪੀਰਾਂ ਮਸਾਇਕਾਂ ਰਾਇਆਂ ਮੇਰ ਵੱਧ ਬਾਦਸ਼ਾਹ ਅਫਜੂ ਖੁਦ ਆਇਆ ਏਕ ਤੂੰ ਹੀ ਏਕ ਤੂੰ ਹੀ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਦੁਨੀਆਂ ਵਿੱਚ ਜਿੰਨੇ ਕੁ ਪੀਰ ਮਸਾਇਕਾਂ ਮਿਹਨਤ ਕਰਨ ਵਾਲੇ ਰਾਜਾ ਤੋਂ ਭਾਵ ਰਾਜੇ ਰਾਜਪੂਤ, ਸੋ ਇਹਨਾਂ ਦੇ ਅੱਗੇ ਰਾਜਕੁਮਾਰ ਵੱਡਾ ਰਾਜਕੁਮਾਰ ਟਿੱਕੇ ਜਿਹਨੂੰ ਟਿੱਕਾ ਸਾਹਿਬ ਕਹਿੰਦੇ ਨੇ, ਛੋਟੇ ਨੂੰ ਕਮਰ ਸਾਹਿਬ ਕਹਿੰਦੇ ਨੇ, ਅਤੇ ਬਾਦਸ਼ਾਹ ਲੋਕ ਜਿਹੜੇ ਹੁੰਦੇ ਨੇ ਇਤਿਆਦਕ। ਹਮ ਤੋਂ ਭਾਵ ਹੁੰਦਾ ਹਮ ਅਸੀਂ ਸਾਰੇ ਤਮਾਮ ਜੀਵਾਂ ਨੇ। ਜ਼ਮੀਨ ਜ਼ੇਰ ਜ਼ਮੀਨ ਦੇ ਥੱਲੇ ਮੇਰ ਵੱਧ, ਸੋ ਇਹ ਬੋਲਣ ਵਿੱਚ ਹੀ ਇਸ ਤਰ੍ਹਾਂ ਬੋਲਣਾ, ਮੇਰ ਵੱਧ ਨਹੀਂ ਕਹਿਣਾ, ਮੇਰ ਵੱਧ ਮੇ ਥੋੜ੍ਹੀ ਜਿਹੀ ਡੈਸ਼ ਪਾ ਕੇ ਜਿਵੇਂ ਲਿਖੀਏ ਰਵੱਧ, ਮੇਰ ਵੱਧ। ਮੇਰ ਵੱਧ ਹੁੰਦਾ ਰਵਾਨਾ ਕਰ ਜਾਣਾ ਹੈ, ਕਿਉਂਕਿ ਕਾਜੀ ਨੂੰ ਉਪਦੇਸ਼ ਹੈ। ਇਸ ਕਰਕੇ ਕਹਿੰਦੇ ਨੇ ਜ਼ਮੀਨ ਦੇ ਥੱਲੇ ਹੀ ਸਭ ਨੇ ਦਫ਼ਨ ਹੋ ਜਾਣਾ ਹੈ, ਸਭ ਦੀਆਂ ਕਬਰਾਂ ਬਣ ਜਾਂਦੀਆਂ ਨੇ। ਥੋੜ੍ਹਾ ਚਿਰ ਹੀ ਮਨੁੱਖ ਜ਼ਿੰਦਗੀ 'ਚ ਜਿਉਂਦਾ, ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਥੋੜ੍ਹੇ ਸਵਾਸ ਜਿੰਨੇ ਕੁ ਪਰਮੇਸ਼ਰ ਨੇ ਦਿੱਤੇ ਹੁੰਦੇ ਨੇ ਉਨੇ ਕੁ ਸਵਾਸ ਇਹ ਭੋਗ ਕੇ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਮਿਹਨਤੀ ਹੈ, ਚਾਹੇ ਕੋਈ ਪੀਰ ਹੈ, ਚਾਹੇ ਕੋਈ ਰਾਜਪੂਤ ਹੈ, ਕੁਛ ਵੀ ਹੋਵੇ, ਜਾਂ ਤਾਂ ਉਹਦਾ ਸੰਸਕਾਰ ਹੋ ਜਾਣਾ ਹੈ ਜਾਂ ਫਿਰ ਉਹਨੂੰ ਜ਼ਮੀਨ ਦੇ ਥੱਲੇ ਰਵਾਨਾ ਕਰ ਦਿੱਤਾ ਜਾਂਦਾ, ਦਬਾ ਦਿੱਤਾ ਜਾਂਦਾ। ਅਫਜੂ ਖੁਦਾਇਆ, ਅਫਜੂ ਤੋਂ ਭਾਵ ਬਾਕੀ ਇੱਕ ਖੁਦਾ ਨੇ ਹੀ ਸਥਿਤ ਰਹਿਣਾ। ਫਿਰ ਪਰਮਾਤਮਾ ਅੱਗੇ ਬੇਨਤੀ ਕੀਤੀ ਹੈ, ਏਕ ਤੂੰ ਹੀ ਏਕ ਤੂੰ ਹੀ। ਪਹਿਲੇ ਤੂੰ ਹੀ ਨੂੰ ਬਲੈਂਗੜਿਆ, ਦੂਜੇ ਨੂੰ ਔਂਕੜ, ਇਹਦਾ ਬੋਲਣ ਵਿੱਚ ਧਿਆਨ ਦੇਣਾ। ਊਈ ਪਿੱਛੋਂ ਹੀ ਚਾਲ ਚੱਲੀ ਆਉਂਦੀ, ਰਮਾ ਰਮਾ ਹੀ ਕਹਿੰਦੇ ਏਕ ਤੂੰ ਹੀ ਏਕ ਤੂੰ ਹੀ, ਨਹੀਂ ਏਕ ਤੂੰ ਹੀ ਏਕ ਤੂੰ ਹੀ। ਇਹਦੀ ਬੋਲੀ ਜਿਹੜੀ ਆ ਸਾਰੇ ਸ਼ਬਦ ਦੀ, ਉਹ ਪਠਾਣੀ ਬੋਲੀ ਹੈ। ਜਿਵੇਂ ਜਾਪ ਸਾਹਿਬ ਦੇ ਵਿੱਚ ਵੀ ਇਹ ਦੱਸਿਆ ਸੀ, ਜਿੱਥੇ ਸੰਥਿਆ ਕਰਾਈ ਹੈ DVD 'ਚ, ਇਹ ਥੋੜ੍ਹੀ ਜਿਹੀ ਬੋਲੀ ਇਸ ਤਰ੍ਹਾਂ ਦੀ ਹੈ, ਜਿਵੇਂ ਹਮ ਦੇਰ ਜਮੀਂ ਦੁਨੀਆਂ ਪੀਰਾਂ ਮਸਾਇਕਾਂ ਰਾਇਆਂ ਮੇਰ ਅਵੱਧ ਬਾਦਸ਼ਾਹ ਅਫਜੂ ਖੁਦਾਇਆ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ। ਇਸ ਤਰ੍ਹਾਂ ਦੀ ਬੋਲੀ ਹੈ, ਹੇ ਵਾਹਿਗੁਰੂ ਪਿੱਛੇ ਵੀ ਇੱਕ ਤੂੰ ਹੀ ਸੀ, ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਵੀ ਇੱਕ ਤੂੰ ਹੀ ਰਹੇਗਾ। ਪਾਠ ਅੰਤਰ ਭੇਦ ਕਈ ਜਗ੍ਹਾ 'ਤੇ ਐਸਾ ਆਉਂਦਾ, ਖੁਦਾਏ ਵੀ ਹੈ, ਖੁਦਾਇਆ ਵੀ ਪਾਠ ਆਉਂਦਾ, ਖੁਦਾਏ ਵੀ ਆਉਂਦਾ। ਮਹੱਲਾ ਪਹਿਲਾ, ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਿਕਾ ਧਰਾ। ਦੇਵਤਿਆਂ ਦੈਂਤਾਂ ਅਤੇ ਮਨੁੱਖਾਂ ਨੇ ਵੀ ਨਹੀਂ ਰਹਿਣਾ, ਨਾ ਦੇਵ ਦੇਵਤਿਆਂ ਦਾਨਵਾ ਹੁੰਦਾ ਦੈਂਤਾਂ ਅਤੇ ਨਰਾਂ ਹੁੰਦਾ ਮਨੁੱਖਾਂ ਨੇ ਵੀ ਨਹੀਂ ਰਹਿਣਾ। ਨਾ ਸਿੱਧ ਸਾਧਿਕਾ ਧਰਾ, 84 ਸਿੱਧਾਂ ਨੇ ਅਤੇ ਸਾਧਕਾਂ ਜਗਿਆਸੂਆਂ ਨੇ, ਅਤੇ ਧਰਾ ਧਰਤੀ 'ਤੇ ਨਹੀਂ ਰਹਿਣਾ ਇਹਨਾਂ ਨੇ। 144 ਅੰਗ 'ਤੇ ਅੱਗੇ ਬਖਸ਼ਿਸ਼ ਕਰਦਿਆਂ ਫਰਮਾਉਂਦੇ ਨੇ, ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ। ਇੱਥੇ ਤੂਈ ਤੂਈ ਦੋਨੋਂ ਵਾਰੀ ਔਂਕੜ ਨਾਲ ਹੀ ਹੈ। ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ। ਇੱਕ ਪਰਮੇਸ਼ਰ ਹੀ ਸਥਿਤ ਹੈ, ਅਸਤ ਤੋਂ ਭਾਵ ਹੈ ਇੱਕ ਪਰਮੇਸ਼ਰ, ਏਕ ਦਿਗਰ ਕੋਈ ਅਸਤ, ਇੱਕ ਪਰਮੇਸ਼ਰ ਹੀ ਸਥਿਤ ਹੈ। ਭਾਵ ਦਿਗਰ ਤੋਂ ਭਾਵ ਹੁੰਦਾ ਕੋਈ, ਦਿਗਰ ਹੁੰਦਾ ਦੂਜਾ, ਕੋਈ ਕੌਣ ਹੈ, ਦੂਜਾ ਕੋਈ ਇੱਥੇ ਸਥਿਤ ਨਹੀਂ ਹੈ। ਕੋਈ ਤੋਂ ਭਾਵ ਦੱਸੋ ਭਾਈ ਕੌਣ ਸਥਿਤ ਹੈ, ਕੋਈ ਨਹੀਂ ਹੈ। ਏਕ ਤੂਈ ਏਕ ਤੂਈ, ਪਿੱਛੇ ਵੀ ਇੱਕ ਤੂੰ ਹੀ ਸੀ, ਅੱਗੇ ਵੀ ਇੱਕ ਤੂੰ ਹੀ ਸਥਿਤ ਹੋਵੇਗਾ ਵਾਹਿਗੁਰੂ, ਹੋਰ ਕੋਈ ਨਹੀਂ ਹੈ, ਨਾ ਅੱਗੇ ਨਾ ਪਿੱਛੇ ਸਥਿਤ ਹੋਣ ਵਾਲਾ। ਮਹੱਲਾ ਪਹਿਲਾ,
ना दादे देहांद आदमी न सपत जेर जमी। इथे भावें बिंदी नहीं लगी पैर जजे दे, पर ये पठानी बोली है इस तरह की है कि उन्हां दी बोली विच सुभाविक ही अखर आ जांदा है। न सपत जेर जमी, जमीनुल जमा है कमील अमी कुल कमा है, इस तरह के शब्द जेड़े आउंदे ने। करीमुल कमाल है कि जरूरत जमाल है, ऐसे शब्द जेड़े अरबी फारसी च बोलने ने, उन्हां दे विच सुभाविक ही यह बोली विच ही उन्हां दी अखर आ जांदे ने। दादे हुंदा इमदाद दे देण वाला, मदद करन वाला, दादे हुंदा न्याय दे देण वाला। परमेश्वर तो बिना होर कोई आदमी नहीं, ओही आदि पुरख ही साडी इमदाद करदा है, मदद करदा है। सो जमीन दे जेर तो भाव थले सपत सत्तां पतालां विच भी कोई नहीं। ना सपत जेर जमीन, सपत हुंदे सत, जमीन तो भाव जमीन, जेर हुंदे ने थले। इस तरह कोई साडी मदद नहीं करन वाला। जेर थले जो सत पताल ने उन्होंने भी नहीं रहना, ते जमीन ने भी नहीं रहना। सत पताल जेड़े ने मुसलमानी मत मुताबक, सत आकाश, सत पताल, उन्होंने भी नहीं रहना। उन्होंने थले भी कोई साडी मदद करने वाला नहीं। अस्त एक दिगर कोई, एक तुई एक तुई, एक परमात्मा ही इस्तत। अस्त अस्त तो भाव है, एक परमात्मा ही है इस्तत, पक्का रहन वाला। अविनाशी जीवन को दाता सिमरन सब मलक होई। एक तुई एक तुई, दसो भाई ये गल कहते होर कौन है दूजा? कहने एक तू ही पिछे सी, एक तू ही अगे नू होवेगा, दूसरा कोई नहीं है। दिगर दूसरा कोई कोई नहीं है। तो इस तरह इन्हां चीजां दा ध्यान रखना दिगर कोई कके नू औंकण नाल है। हुण सतगुरु महाराज फरमाउंदे अगे केड़ी केड़ी चीज है जेड़ी नहीं रहनी, इत्थे कुछ भी नहीं रहना। महला पहला, ना सूर सस मंडलो, ना सप्त दीप नह जलो, ना सूरज ने ना चंद्रमा ने अते ना ही तारा मंडल ने रहना इत्थे, ना ही सूरज मंडल ने रहना, सारे मंडल ने, ना ही चंद्रमा मंडल ने रहना। मंडल तो भाव हुंदा थां, तारियां दा थां आसमान, ना ही आसमान रहेगा ना तारे रहणगे, ना चंद्रमा रहेगा ना सूरज रहेगा ना धरती रहेगी। ये सारियां चीजां सिर्फ माया है, छलावा जा है। इनू छिंत नास हुंदिया देर नहीं लगती, एक दम ही टुट जांदा सब कुछ, पता ही नहीं लगता इत्थे है सी जां नहीं सी। ना सप्त दीप नह जलो, ना सत्तां दीपां ने इस्तत रहना है, ना ही जल ने रहना, जल तत् ने भी नहीं रहना, यह भी तत् है। सत दीपां ने भी रहना। अन्न पाउण थिर न कोई, एक तुई एक तुई। अन्न पाउण आदकां चों भी किसी ने भी जल नहीं रहना। पिछे भी एक तू ही सी वाहिगुरु जी, हुण भी एक तू ही है, अगे नूं भी एक तू ही होवेंगा। महला पहला, ना रिजक दस्त आ कसे, हमारा एक आस बसे। परमेश्वर तो बिना आ कसे, और किसी दे दस्त तो भाव हत्थां विच रिजक नहीं है। ना रिजक दस्त आ कसे, इत्थे लिखिया होया बोलण विच हमारा, पर पठानी बोली विच ये बणदा हमारा एक आस बसे। उसे जी बोलना उसे ढंग नाल, उहदा ते सारे हमारा कह के लंघ जांदे ने, पर बोली जदों उन्हां दी आ जांदी फिर उसे बोली च बोलदे हमारा एक आस बसे। पाप परमेश्वर तो बिना होर कोई अन्न पानी नहीं दे सकदा बंदे नूं। हमारा हुंदा असानू, सारिआं जीवां नूं, सारिआं नूं, तमाम जीवां ताई। कहिंदे इक वाहिगुरू दी आसा है, बसे तो भाव हुंदा इत्थे बहुत करके, बहुलता करके, सारिआं नूं रब ते ही आस हुंदी है। अस्त एक दिगर कोई, एक तुई एक तुई, एक परमेश्वरी इस्तत। अस्त तो भाव है दिगर कोई, दूसरा कौन है? पिछे भी एक तू ही सी, हुण भी एक तू ही है, अगे नूं भी तू ही होवेंगा।
महला पहला परंदे ना गिरा हजर दरख्त आब आस कर। ये जाप साहब की चाल मंगी है सारा, क्योंकि उही बोली है इस करके वह चाल चलती है इतने भी। सो मनुख नालों पंछी चंगे ने, परंदे ना गिरा हजर, क्योंकि परंदे जे पंछी ने गिराह गंठ तो भाव, ग्रह मतलब गंठ, गंठ हुंदा पल्ला, जर तो भाव धाना नहीं बनते, वह केवल बिरश उत्ते बैठण दी ते आप पानी पीन की आसा करते ने। परंदे ना गिरा हजर दरख्त आब आस कर। तो इस तरह कहते ने कि वह जड़े जर हुंदा धान गिराह हुंदा पल्ले, परंदे हुंदे पंछी नहीं बनते। पुरानी कहावत भी है कि पल्ले नहीं बनते पंछी ते दरवेश, ये दो जाने पल्ले नहीं बनते कुछ। पंछियों की आस है दरख्त आब आस कर, वो दरख्त ते बैठे हुए ब्रिश केवल जल की आसा करते ने, दरख्त भी जल की आसा ही करते ने, ते पंछी जिहड़ा उन्हां दे उत्ते बैठा वह भी आब दी ते आब पानी पीण की आसा करता कि रब बस खाण नूं दे दे। पंछी नूं बाली इच्छा नहीं हुंदी घर बनाउण दी, दरख्त भी यही आस करते ने कि सानू केवल पानी मिल जावे, बरसात हो जावे, असी हरे भरे रहीए। लिहंद सुई एक तुई एक तुई, खान पान दे दिहंद देण वाला एक उही परमात्मा वाहिगुरू है। पिछे भी एक तू ही सी, हुण भी एक तू ही है, अगे नूं भी तू ही होवेगा। महला पहला नानक ललार लिखिया सोए, मेट ना साका कोए। सतगुरु जी फरमाउंदे ने मत्थे उपर जो लिखिया लेख है उहनू कोई मेट नहीं सकदा, वह उसे तरह ही भुगतना पैंदा। कला तरै हिरै सुई एक तुई एक तुई, प्राण कला दे धारण वाला है, प्राण कला दे धारण वाला। तो हिरै हिरै तो भाव हुंदा नाश करन वाला, वह परमात्मा ही है। कला धिर तरै साडे शरीर दे विच, ए शरीर आ मेरे हर तो मैं जोत तरी। ते हीरा सुई, हीरा हुंदा नाश करन वाला भी उही परमात्मा, सुई तो पास सोई उही परमात्मा। एक तुई पिछे भी एक तू ही सी, हुण भी एक तू ही है, अगे नूं भी तू ही होवेंगा। पौड़ी पहले पातशाह दी ही पौड़ी है, सच्चा तेरा हुक्म गुरमुख जाणिया, गुरमति आप गवाए सच पछाणिया। गुरमुखां ने तेरा हुक्म सच्चा करके जाणिया, भी भाई ये वाहिगुरू का हुक्म है, सच्चा हुक्म है। गुरां साहब की सिक्ख्या द्वारा उन्होंने अपने अंदरों आपा भाव हंकार नूं गवा के उन्होंने सच नूं पछाण लिया, गुरमति आप गवाए। उन्होंने पहला गुरु साहब की सिक्ख्या ली, सिक्ख्या लैके फिर उन्होंने अंदर सच नूं पछाणिया है। सच तेरा दरबार शब्द नीसाणिया, सच्चा शब्द विचार सच समाणिया। ये वाहिगुरु आप जी का सच्चा जिहड़ा दरबार है, स्वरूप है, वह गुरां दे शब्द करके नीसाणिया हुंदा प्रगट होया। सच्चे शब्द नूं विचार के गुरमुख सच विच समाए ने। सच तेरा दरबार जिहड़ा है सचखंड, पहलां किसी नूं सचखंड दा नहीं सी पता, गुरु नानक साहब दे आउण तों पहलां जदों दे गुरु नानक देव जी दुनिया ते आए उन्होंने आके दस्या कि सचखंड वसै निरंकार। पहला लोगों स्वर्गों तक का ही ज्ञान सी, ब्रह्मपुरी का ज्ञान सी, यह बिशनपुरी शिवपुरी है, इंद्रलोक है, जिहड़ा विष्णु जी का स्थान है उन्हें लोग बैकुंठ कहिंदे। यह बैकुंठ नूं एंड मानते सारे जाने भी, बैकुंठ तो उत्ते होर कोई नहीं। पर यह गुरु नानक देव जी ने दस्या सच तेरा दरबार शब्द नीसाणिया, भई इस तो उत्ते अकाल पुरख का सचखंड भी, जिथे अकाल पुरख का वासा है। सच्चे शब्द नूं विचार के गुरमुख सच विच समाए ने। मनमुख सदा कुड़ियार भरम भुलाणिया, विष्टा अंदर वास साध न जाणिया। मनमुख जिहड़े ने सदा ही झूठे हुंदे ने ते भरम विच भुले रहिंदे ने, उन्हां दा विशियां रूपी गंदगी च हमेशा ही वासा रहिंदा है, विकारां वल ही मन लग्या रहिंदा है, क्योंकि उन्होंने सच दे सुआद नूं ना जाणिया ना पछाणिया, वह हमेशा सच तों वांझे ही रहे ने।
ਵਿਣ ਨਾ ਵੈ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹ ਦੁਖੀ ਪਾਈ ਜਾਂਦੇ ਨੇ, ਦੁਖੀ ਪਾਈ ਜਾਂਦੇ ਨੇ, ਜੰਮਦੇ ਮਰਦੇ ਰਹਿੰਦੇ ਨੇ, ਕਿਉਂਕਿ ਪਰਮਾਤਮਾ ਦਾ ਨਾਮ ਇੱਕ ਐਸਾ ਹੈ। ਜਿਵੇਂ ਪਰਮਾਤਮਾ ਦਾ ਨਾਮ ਇਉਂ ਜਾਣ ਲਓ ਜਿਵੇਂ 100 ਬੰਦਾ ਪਾਣੀ 'ਚ ਡੁੱਬ ਰਿਹਾ ਅਤੇ ਇੱਕ ਬੰਦਾ ਬਾਹਰ ਖੜਾ, ਔਰ ਉਹ ਇੱਕ ਬੰਦਾ ਰੱਸੇ ਸੁੱਟ ਦਿੰਦਾ ਕਾਫੀ ਸਾਰੇ ਦਰੱਖਤਾਂ ਨਾਲ ਬੰਨ੍ਹ ਕੇ, ਬਹੁਤ ਲੋਕ ਉਹਨਾਂ ਰੱਸਿਆਂ ਨੂੰ ਫੜ ਕੇ ਹੌਲੀ ਹੌਲੀ ਜਿਉਂਦੇ ਨਿਕਲ ਆਉਂਦੇ। ਮਾਨੋ ਕਿ ਸਾਰਾ ਸੰਸਾਰ ਮਾਇਆ ਵਿੱਚ ਹੀ ਡੁੱਬਿਆ ਹੋਇਆ, ਮਾਇਆ ਤੋਂ ਜਿਹੜਾ ਨਿਰਲੇਪ ਹੈ ਹੁਣ ਉਹੀ ਕੱਢੂਗਾ ਸਾਨੂੰ, ਉਹਦਾ ਨਾਮ ਹੈ ਪਰਮਾਤਮਾ। ਮਾਇਆ ਤੋਂ ਨਿਰਲੇਪ ਵਾਹਿਗੁਰੂ ਸਾਨੂੰ ਕਿਰਪਾ ਕਰਕੇ ਇਸ ਮਾਇਆ ਦੇ ਚਗਲ ਚੋਂ ਬਾਹਰ ਕੱਢਦੇ ਨੇ, ਮਿਹਰ ਕਰਦੇ ਨੇ, ਉਹਨਾਂ ਦੇ ਨਾਮ ਕਰਕੇ ਹੀ ਆਪਾਂ ਮਾਇਆ 'ਚੋਂ ਬਾਹਰ ਨਿਕਲਦੇ। ਮਾਇਆ ਦੇ ਵੀ ਦੋ ਰੂਪ ਨੇ, ਇੱਕ ਤਾਂ ਉਹ ਕਿ ਜਿਹੜੀ ਖਾਈ ਜਾਂਦੀ ਜੀਵਾਂ ਨੂੰ ਸਪਣੀ ਬਣ ਕੇ, ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸਨ ਮਹਾਂਦੇਵ ਛਲੀਆ। ਇੱਕ ਰੂਪ ਹੈ ਮਾਇਆ ਦਾ ਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਮਾਇਆ ਮਗਨ ਨਰਕ ਲੈ ਜਾਈ, ਇੱਕ ਤਾਂ ਨਰਕਾਂ ਨੂੰ ਲੈ ਜਾਂਦੀ। ਇੱਕ ਹੈਗੀ ਆ ਮਾਨੀ ਤੂੰ ਰਾਮ ਕਹਿ ਦਰ ਮਾਨੀ, ਰੱਬ ਦੇ ਦਰ ਤੇ ਮਾਇਆ ਪ੍ਰਵਾਨਨੀਕ ਹੈ, ਹੋਰ ਕੋਈ ਭੇਟਾ ਇੱਥੇ ਚੜ੍ਹਦੀਆਂ ਪਰ ਮਾਇਆ ਗੋਲਕ 'ਚ ਪੈਂਦੀ। ਹਰ ਜਗ੍ਹਾ ਤੇ ਕਿਸੇ ਵੀ ਪੂਜਾ ਸਥਾਨ ਤੇ ਜਾਈਏ ਤਾਂ ਮਾਇਆ ਪਹਿਲਾਂ ਪ੍ਰਵਾਨ ਹੋ ਜਾਂਦੀ ਹੈ। ਮਾਇਆ ਹੀ ਨਰਕ ਲੈ ਜਾਂਦੀ, ਮਾਇਆ ਹੀ ਸੱਚਖੰਡ ਲਿਜਾ ਸਕਦੀ। ਚੰਗੇ ਕੰਮ ਕਰੀਏ ਜੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਹਿਗੁਰੂ ਆਪ ਪਾਰਖੂ ਹੈ ਜਿਹਨੇ ਖੋਟੇ ਖਰੇ ਪੁਰਸ਼ ਨੂੰ ਪਛਾਣ ਲਿਆ।